ਇਹ ਸਟੂਡੈਂਟਸ ਵੈਲਕਮ ਅੱਜ ਦਾ ਆਪਣਾ ਟੌਪਿਕ ਹੈ ਨਿਰੰਤਰ ਅਤੇ ਸਮੁੱਚਾ ਮੁਲਾਂਕਣ ਜਿਹਨੂੰ ਇੰਗਲਿਸ਼ ਦੇ ਵਿੱਚ ਤੁਸੀਂ ਪੜਿਆ ਸੀਸੀਈ ਸੇਮ ਹੀ ਟੌਪਿਕ ਹੈ ਕੰਟੀਨਿਊਸ ਕੰਪਰੀਹੈਂਸਿਵ ਈਵੈਲੂਏਸ਼ਨ ਬਟ ਇੱਥੇ ਤੁਸੀਂ ਇਹ ਟੀਚਿੰਗ ਪੰਜਾਬੀ ਦੇ ਲਈ ਕਰਨਾ ਹੈ ਇਸ ਕਰਕੇ ਮੈਂ ਸੇਮ ਤੁਹਾਨੂੰ ਬੱਚੇ ਉਦਾਂ ਹੀ ਦਿਖਾ ਰਹੀਆਂ ਤਾਂ ਕਿ ਤੁਸੀਂ ਲਿਖਣ ਦੇ ਲੱਗੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਹੁਣ ਜਿਹੜਾ ਇਹ ਸੀਸੀ ਦਾ ਕਨਸੈਪਟ ਹੈ ਇਹ 2009 ਨੂੰ ਸੀਬੀਐਸਸੀ ਸੈਂਟਰਲ ਬੋਰਡ ਆਫ সেকেন্ডਰੀ এডਿਕੇਸ਼ਨ ਦੇ ਨਾਲ ਜੁੜੇ ਸਕੂਲਾਂ ਦੇ ਵਿੱਚ ਇਹਨੂੰ ਚਲਾਇਆ ਗਿਆ ਸੀ ਤੇ ਜਿਹੜੇ ਮਨੁੱਖੀ ਸੰਸਾਧਨ ਮੰਤਰੀ ਕਪਿਲ ਸਿੱੱਬਲ ਦੀ ਸਿਫਾਰਸ਼ ਤੇ ਮੀਨਸ ਕਿ ਬੱਚਿਆਂ ਦਾ ਪੂਰਾ ਜਿਹੜਾ ਸਾਲ ਹੈ ਉਹ ਇਵੈਲੂਏਸ਼ਨ ਹੋਣਾ ਚਾਹੀਦਾ ਹੈ ਇਸ ਤਰਜ਼ ਤੇ ਜਿਹੜੇ CBSE ਬੋਰਡ ਦੇ ਅੰਡਰ ਸਕੂਲ ਨੇ ਉਹਨਾਂ ਦੇ ਵਿੱਚ ਇਹਨੂੰ ਚਲਾਇਆ ਗਿਆ ਸੀ ਹਣ ਇਹਨੂੰ ਕੰਟੀਨਿਊਸ ਤੇ ਕੰਪਰੀਹੈਂਸਿਵ ਇਵੈਲੂਏਸ਼ਨ ਵੀ ਕਿਹਾ ਜਾਂਦਾ ਹੈ ਤੇ ਜੇਕਰ ਇਹਨੂੰ ਅਸੀਂ ਬਿਲਕੁਲ ਸੰਖੇਪ ਦੇ ਵਿੱਚ ਕਹੀਏ ਤਾਂ सीसीई ਵਰਡ ਯੂਜ਼ ਕੀਤਾ ਜਾਂਦਾ ਹੈ ਸੀ ਮੀਨਸ ਕੰਟੀਨਿਊਸ ਸੀ ਕੰਪਰੀਹੈਂਸਿਵ ਈ ਮੀਨਸ ਏਵੈਲੂਏਸ਼ਨ ਹੁਣ ਜੋ ਭਾਰਤ ਦੀ ਸੈਕੰਡਰੀ ਐਜੂਕੇਸ਼ਨ ਹੈ ਇਸ ਮੁਲਾਂਕਣ ਦੀ ਪ੍ਰਕਿਰਿਆ ਨੂੰ ਇੱਕ ਕ੍ਰਾਂਤੀਕਾਰੀ ਬਦਲਾਅ ਵੀ ਇਹਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਬਹੁਤ ਜਿਹੜੀ ਵੱਡੀ ਅਚੀਵਮੈਂਟ ਕਹਿ ਲਓ ਕਿਉਂਕਿ ਇਹ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵੀ ਵੱਖ-ਵੱਖ ਜਿਹੜੇ ਐਸਪੈਕਟਸ ਨੇ ਉਹਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੁਆਲਟੀਜ਼ ਹੁੰਦੀਆਂ ਨੇ ਉਹਨਾਂ ਨੂੰ ਇਹਦੇ ਦੁਆਰਾ ਸਹੀ ਤਰੀਕੇ ਨਾਲ ਜਾਂਚਿਆ ਜਾ ਸਕਦਾ ਸੀ ਹੁਣ ਅਸੀਂ ਦੇ ਮੀਨਿੰਗ ਦੀ ਗੱਲ ਕਰਦੇ ਹਾਂ ਲਗਾਤਾਰ ਵਿਆਪਕ ਮੁਲਾਂਕਣ ਦਾ ਅਰਥ ਹੈ ਸਕੂਲ ਆਧਾਰਿਤ ਵਿਦਿਆਰਥੀਆਂ ਦਾ ਮੁਲਾਂਕਣ ਮੀਨ ਜੋ ਵਿਦਿਆਰਥੀ ਸਕੂਲ ਦੇ ਵਿੱਚ ਪੜ੍ਹਦੇ ਨੇ ਉਹਨਾਂ ਦਾ ਮੁਲਾਂਕਣ ਕਰਨਾ ਜਿਸ ਤੋਂ ਉਹਨਾਂ ਦੇ ਵਿਕਾਸ ਦੇ ਹਰ ਸੰਭਵ ਪਹਿਲੂ ਹੁਣ ਹਰ ਸੰਭਵ ਪਹਿਲੂ ਕਿਹੜੇ-ਕਿਹੜੇ ਪਹਿਲੂਆਂ ਦੀ ਅਸੀਂ ਗੱਲ ਕਰਦੇ ਹਾਂ ਵਿਦਿਅਕ ਤੇ ਸਹਿ ਵਿਦਿਅਕ ਕਰਿਕੂਲਰ ਤੇ ਕੋ ਕਰਿਕੂਲਰ ਐਕਟੀਵਿਟੀਜ਼ ਇਹਦੇ ਵਿੱਚ ਸ਼ਾਮਿਲ ਨੇ ਉਹਨਾਂ ਦੇ ਦੁਆਰਾ ਦੁਆਰਾ ਹੀ ਬੱਚੇ ਨੂੰ ਮੁਲਾਂਕਣ ਕੀਤਾ ਜਾਣਾ ਹੈ ਹੁਣ ਲਗਾਤਾਰ ਦਾ ਮਤਲਬ ਕੀ ਹੈ ਨਿਰੰਤਰ ਵਿਆਪਕ ਮੁਲਾਂਕਣ ਦੇ ਵਿੱਚ ਜਿਹੜਾ ਨਿਰੰਤਰ ਸ਼ਬਦ ਹੈ ਲਗਾਤਾਰ ਸ਼ਬਦ ਹੈ ਮੀਨਸ ਮੁੜ-ਮੁੜ ਹੋਣ ਵਾਲੇ ਮੁਲਾਂਕਣ ਮੁੜ-ਮੁੜ ਹੋਣ ਵਾਲੇ ਮੁਲਾਂਕਣ ਦੇ ਵਿੱਚ ਕੋਈ ਯੂਨਿਟ ਟੈਸਟ ਆਗੇ ਕੋਈ ਜੋ ਲਰਨਿੰਗ ਗੈਪ ਹੈ ਇਹਦਾ ਵਿਸ਼ਲੇਸ਼ਣ ਕਰਨਾ ਸੁਧਾਰਾਤਮਕ ਜਿਹੜੇ ਮਾਪਦੰਡ ਨੇ ਉਹਨਾਂ ਨੂੰ ਲਾਗੂ ਕਰਨਾ ਬੱਚਿਆਂ ਨੂੰ ਰੀ ਟੈਸਟ ਕਰਨਾ ਵਿਦਿਆਰਥੀਆਂ ਨੂੰ ਜਿਹੜੀ ਫੀਡਬੈਕ ਦੇਣਾ ਫੀਡਬੈਕ ਦੇਣ ਦਾ ਮਤਲਬ ਜੋ ਬੱਚੇ ਕੰਮ ਕਰਦੇ ਨੇ ਉਹਨਾਂ ਦੀ ਪਰਫਾਰਮੈਂਸ ਦੇ ਅਕੋਰਡਿੰਗ ਬੱਚੇ ਨੂੰ ਦੱਸਣਾ ਕਿ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਕੀ ਹੈ ਹੁਣ ਨੈਕਸਟ ਹੈ ਵਿਆਪਕ ਵਿਆਪਕ ਸ਼ਬਦ ਦਾ ਅਰਥ ਹੈ ਮੁਲਾਂਕਣ ਦਾਇਰੇ ਦੀਆਂ ਹੱਦਾਂ ਵਿੱਚ ਵਾਧਾ ਮੀਨਸ ਇਹਨੂੰ ਪੂਰਾ ਕੰਪਰੀਹੈਂਸਿਵ ਬਣਾਉਣਾ ਵਿਆਪਕ ਬਣਾਉਣਾ ਵਿਆਪਕ ਅੱਖਰ ਦੇ ਗਲਾਵੇ ਵਿੱਚ ਵਿਦਿਆਰਥੀਆਂ ਦੇ ਵਾਧੇ ਤੇ ਵਿਕਾਸ ਦੇ ਨਾਲ-ਨਾਲ ਹੁਣ ਇਹ ਵੀ ਦੇਖਣਾ ਬੱਚੇ ਦੀ ਗ੍ਰੋਥ ਡਵੈਲਪਮੈਂਟ ਕਿੰਨੀ ਕੁ ਹੋ ਰਹੀ ਹੈ ਬੱਚੇ ਦੀ ਹਾਈਟ ਤੇ weight ਕਿੰਨਾ ਵਧ ਰਿਹਾ ਹੈ ਨਾਲ-ਨਾਲ ਉਹਦੀ ਸਕਾਲਿਸਟਿਕ ਤੇ ਜਿਹੜੀਆਂ ਕੋਸਕਾਲਿਸਟਿਕ ਐਕਟੀਵਿਟੀਆਂ ਨੇ ਉਹ ਵੀ ਇਹਦੇ ਵਿੱਚ ਸ਼ਾਮਿਲ ਨੇ ਇਸ ਸ਼ਬਦ ਦੇ ਅੰਡਰ ਆਉਂਦੀਆਂ ਨੇ ਹੁਣ ਇਹਨਾਂ ਦੋਹਾਂ ਪੱਖਾਂ ਨੂੰ सीसी ਦੇ ਰੂਪ ਦੇ ਵਿੱਚ ਇੱਕ ਦਾ ਫਾਰਮੇਟਿਵ ਅਸੈਸਮੈਂਟ ਤੇ ਇੱਕ ਸਮੈਟਿਵ ਅਸੈਸਮੈਂਟ ਦੁਆਰਾ ਮੁਲਾਂਕਣ ਕੀਤਾ ਜਾਂਦਾ ਹੈ ਮੀਨਸ ਇੱਕ ਫਾਰਮੇਟਿਵ ਅਸੈਸਮੈਂਟ ਹੁੰਦੀ ਹੈ ਤੇ ਇੱਕ ਸਮੈਟਿਵ ਅਸੈਸਮੈਂਟ ਹੁਣ CBSE ਦੀ ਇਸ ਅਸੀਂ ਜਿਹੜੀ ਪਲੈਨਿੰਗ ਦੀ ਗੱਲ ਕਰੀ ਯੋਜਨਾ ਦੀ ਗੱਲ ਕਰੀ ਇਹਦੇ ਵਿੱਚ ਫਲੈਕਸੀਬਿਲਟੀ ਵੀ ਰੱਖੀ ਗਈ ਹੈ ਤਾਂ ਕਿ ਸਕੂਲ ਆਪਣੇ ਲੋੜਾਂ ਦੇ ਅਨਸਾਰ ਜਿਹੜੀ ਪਲੈਨਿੰਗ ਹੈ ਉਹ ਵੀ ਕਰ ਸਕਣ ਤੇ ਆਪਣਾ ਜਿਹੜਾ ਵਿਦਿਅਕ ਸ਼ੈਡਿਊਲ ਉਹ ਵੀ ਬਣਾ ਸਕਣ ਪਰ ਇਹ ਯੋਜਨਾ ਕਿਵੇਂ ਬਣਾਉਣਗੇ ਸਕੂਲ ਵਾਲੇ ਜੋ CBSE ਵੱਲੋਂ ਉਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਹੋਣੀਆਂ ਹੁਣCCE ਦੀ ਸਕੀਮ ਦੇ ਵਿੱਚ ਜਿਹੜੇ ਨੰਬਰ ਨੇ ਉਹਨਾਂ ਨੂੰ ਗ੍ਰੇਡ ਦੇ ਵਿੱਚ ਬਦਲਿਆ ਜਾਂਦਾ ਹੈ ਇਹ ਨੰਬਰ ਜਾਂ ਗ੍ਰੇਡ ਵਿਦਿਆਰਥੀ ਦੇ ਵਿਦਿਅਕ ਤੇ ਜਿਹੜੇ ਸਹਿ ਵਿਦਿਅਕ ਕੰਮ ਨੇ ਇੰਦੇ ਸਕਾਲਿਸਟਿਕ ਤੇ ਕੋਸ ਸਕਾਲਿਸਟਿਕ ਕਰਿਕੂਲਰ ਤੇ ਕੋ ਕਰਿਕੂਲਰ ਇਹਦੇ ਕੰਮ ਦੇ ਲਗਾਤਾਰ ਮੁਲਾਂਕਣ ਤੇ ਇਹ ਆਧਾਰਿਤ ਹੁੰਦਾ ਹੈ ਇਹਦੇ ਦੁਆਰਾ ਜਿਹੜੇ ਵਿਦਿਆਰਥੀਆਂ ਨੇ ਉਹਨਾਂ ਦੇ ਕੰਮ ਦਾ ਬੋਝ ਘਟ ਕੀਤਾ ਜਾਂਦਾ ਹੈ ਤੇ ਉਹਨਾਂ ਦੀਆਂ ਜਿਹੜੀਆਂ ਯੋਗਤਾਵਾਂ ਨੇ ਤੇ ਬੱਚਿਆਂ ਦੇ ਜਿਹੜੇ ਸਕਿੱਲਸ ਨੇ ਉਹਨਾਂ ਦੇ ਆ ਡਿਵੈਲਪਮੈਂਟ ਦੇ ਲਈ ਵੱਖ-ਵੱਖ ਜਿਹੜੀਆਂ ਐਕਟੀਵਿਟੀਆਂ ਨੇ ਉਹਨਾਂ ਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ ਹੁਣ ਵਿਦਿਆਰਥੀਆਂ ਦੇ ਕੰਮ ਦੇ ਲਈ ਜਿਹੜੇ ਤਜਰਬੇ ਨੇ ਉਹ ਕੌਸ਼ਲ ਹੱਥੀਂ ਕੰਮ ਕਰਨ ਤੇ ਜੋ ਸਿੱਖਿਆ ਹੈ ਬੱਚੇ ਦਾ ਕੁਝ ਨੋਵਲਟੀ ਹੈ ਠੀਕ ਹੈ ਜਾਂ ਉਹਨੂੰ ਗਰੁੱਪ ਵਰਕ ਦਿੱਤਾ ਜਾਂਦਾ ਹੈ ਬੱਚੇ ਦਾ ਜਿਹੜਾ ਬਿਹੇਵੀਅਰ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਈਵੈਲਿਊਏਟ ਕਰਕੇ ਜਿਹੜੇ ਬੱਚੇ ਨੇ ਉਹਨਾਂ ਨੂੰ ਗ੍ਰੇਡ ਪ੍ਰੋਵਾਈਡ ਕੀਤੇ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਵਿਦਿਆਰਥੀ ਜਿਹੜੇ ਕਈ ਵਾਰ ਐਜੂਕੇਸ਼ਨ ਦੇ ਵਿੱਚ ਥੋੜੇ ਪਛੜੇ ਹੋਏ ਹੁੰਦੇ ਨੇ ਉਹਨਾਂ ਦੇ ਲਈ ਇਹ ਫਾਇਦਾ ਹੁੰਦਾ ਹੈ ਕਿਉਂਕਿ ਹੋ ਸਕਦਾ ਉਹ ਬੱਚੇ ਕਿਸੇ ਤਰ੍ਹਾਂ ਦੇ ਕਲਾ ਦੇ ਵਿੱਚ ਖੇਡਾਂ ਦੇ ਵਿੱਚ ਕੋਈ ਗੀਤ ਸੰਗੀਤ ਜਾਂ ਜਿਹੜੀਆਂ ਕੋਈ ਹੋਰ ਕਲਚਰਲ ਐਕਟੀਵਿਟੀਆਂ ਨੇ ਕਿਸੇ ਵੀ ਪੱਖ ਦੇ ਵਿੱਚ ਬੱਚੇ ਵਧੀਆ ਹੋ ਸਕਦੇ ਨੇ ਤੇ ਇਸ ਕਰਕੇ ਉਹ ਬੱਚੇ ਵੀ ਜਿਹੜੇ ਵਧੀਆ ਗ੍ਰੇਡ ਨੇ ਉਹ ਹਾਸਲ ਕਰ ਸਕਦੇ ਨੇ ਹੁਣ ਇਸ ਤਰ੍ਹਾਂ ਸੀਸੀ ਕੀ ਹੈ ਬੱਚੇ ਦੇ ਸੰਪੂਰਨ ਵਿਕਾਸ ਦਾ ਮੁਲਾਂਕਣ ਹੈ ਹੁਣ ਇਹਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਟੂਲਸ ਨੇ ਉਹ ਯੂਜ਼ ਕਰ ਸਕਦੇ ਹਾਂ ਜਿਵੇਂ ਕਿ ਮੌਖਿਕ ਹੋਗੇ ਪ੍ਰੋਜੈਕਟ ਹੋਗੇ ਠੀਕ ਹੈ ਜੀ ਵੱਖ-ਵੱਖ ਜਿਹੜੀਆਂ ਸਿੱਖਣ ਦੀਆਂ ਸ਼ੈਲੀਆਂ ਨੇ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਸਕਦੇ ਹਾਂ ਜਿਹੜੀਆਂ ਮੁਲਾਂਕਣ ਦੀਆਂ ਕਸੌਟੀਆਂ ਨੇ ਉਹਨਾਂ ਬਾਰੇ ਅਸੀਂ ਵਿਦਿਆਰਥੀਆਂ ਨੂੰ ਦੱਸ ਸਕਦੇ ਹਾਂ ਤੇ ਵਿਦਿਆਰਥੀਆਂ ਨੂੰ ਸੁਧਾਰ ਦੇ ਲਈ ਜਿਹੜੇ ਮੌਕੇ ਨੇ ਉਹ ਅਸੀਂ ਦੇ ਸਕਦੇ ਹਾਂ ਡੀਅਰ ਸਟੂਡੈਂਟਸ ਇਸੀ ਨਿਰੰਤਰ ਵਿਆਪਕ ਮੁਲਾਂਕਣ ਦਾ ਕਨਸੈਪਟ ਤੇ ਤੁਸੀਂ ਜੇਕਰ ਇਹਦੀ ਲਈ ਡੈਫੀਨੇਸ਼ਨ ਵਗੈਰਾ ਲੈਣੀ ਹੈ ਤਾਂ ਜਿਹੜਾ ਤੁਹਾਡੇ ਕੋਲ ਕੋਈ ਵੀ ਹੋਰ ਟੀਚਿੰਗ ਸਬਜੈਕਟ ਹੈ ਉਹਦੇ ਵਿੱਚੋਂ ਤੁਸੀਂ ਜੋ ਪੰਜਾਬੀ మీడియం ਦੇ ਵਿੱਚ ਲਿਖੀ ਹੋਈਆਂ ਉਹ ਤੁਸੀਂ ਇੱਥੇ ਐਡ ਕਰ ਲਓਗੇ ਥੈਂਕਸ ਫॉर ਵਾਚਿੰਗ